ਸ਼੍ਰੋਮਣੀ ਕਮੇਟੀ ਵੱਲੋਂ ਅੱਜ ਆਪਣਾ ਯੂਟਿਊਬ ਚੈਨਲ ਲਾਂਚ ਕਰ ਦਿੱਤਾ ਗਿਆ ਹੈ। ਕੱਲ ਤੋਂ ਦੱਸਦੇ ਕਿ ਯੂਟਿਊਬ ਚੈਨਲ ਤੇ ਗੁਰਬਾਣੀ ਦਾ ਪ੍ਰਸਾਰਣ ਸ਼ੁਰੂ ਹੋਵੇਗਾ। ਜਥੇਦਾਰ ਸਾਹਿਬ ਦੀ ਮੌਜੂਦਗੀ ਦੇ ਵਿੱਚ ਯੂਟਿਊਬ ਚੈਨਲ ਅੱਜ ਲਾਂਚ ਹੋਇਆ ਹੈ। ਦੱਸਦੇ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਨੂੰ ਅੱਜ ਇਹ ਯੂਟਿਊਬ ਚੈਨਲ ਸਮਰਪਿਤ ਕੀਤਾ ਹੈ। ਸੋ ਜਿੱਥੇ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਰੱਖਿਆ ਗਿਆ ਸੀ ਉਸਦੇ ਭੋਗ ਪਾਏ ਗਏ, ਅਰਦਾਸ ਉਪਰੰਤ ਯੂਟਿਊਬ ਚੈਨਲ ਦੀ ਸ਼ੁਰੂਆਤ ਹੋ ਗਈ ਹੈ। ਕੱਲ ਤੋਂ ਗੁਰਬਾਣੀ ਦਾ ਪ੍ਰਸਾਰਣ ਜਿਹੜਾ ਹੈ ਉਹ ਯੂਟਿਊਬ ਚੈਨਲ ਤੇ ਹੋਵੇਗਾ। ਸ਼੍ਰੋਮਣੀ ਕਮੇਟੀ ਦੇ ਯੂਟਿਊਬ ਚੈਨਲ ਦੇ ਨਾਲ ਨਾਲ ਪੀਟੀਸੀ ਤੇ ਵੀ ਗੁਰਬਾਣੀ ਦਾ ਪ੍ਰਸਾਰਣ ਜਾਰੀ ਰਹੇਗਾ। ਜਥੇਦਾਰ ਸਾਹਿਬ ਦੇ ਆਦੇਸ਼ ਮੁਤਾਬਿਕ ਚੈਨਲ ਤੇ ਵੀ ਗੁਰਬਾਣੀ ਦਾ ਪ੍ਰਸਾਰਣ ਜਾਰੀ ਰਹੇਗਾ। ਹਰਜਿੰਦਰ ਸਿੰਘ ਧਾਮੀ ਨੇ ਆਪਣੇ ਸੰਬੋਧਨ ਵਿੱਚ ਇਹ ਸਾਫ਼ ਕੀਤਾ ਹੈ, ਯੂਟਿਊਬ ਚੈਨਲ ਦੇ ਸਾਰੇ ਅਧਿਕਾਰ ਸ਼੍ਰੋਮਣੀ ਕਮੇਟੀ ਦੇ ਕੋਲ ਹੀ ਰਹਿਣਗੇ, ਕਿਸੇ ਹੋਰ ਨੂੰ ਇਸ ਅਧਿਕਾਰ ਨਾ ਦੇਣ ਦੀ ਗੱਲ ਡਾਕਟਰ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਸੰਬੋਧਨ ਵਿੱਚ ਕਹੀ ਹੈ। ਹਾਲਾਂਕਿ ਅੱਜ ਜਦੋਂ ਉਹਨਾਂ ਨੇ ਸੰਬੋਧਨ ਕੀਤਾ ਤੇ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਤੇ ਵੀ ਵਰਦੇ ਹੋਏ ਨਜ਼ਰ ਆਏ ਡਾਕਟਰ ਹਰਜਿੰਦਰ ਸਿੰਘ ਧਾਮੀ, ਜਿਨ੍ਹਾਂ ਨੇ ਸਾਫ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿਸ ਤਰ੍ਹਾਂ ਦੇ ਨਾਲ ਇਸ ਪੂਰੇ ਮਸਲੇ ਨੂੰ ਲੈ ਕੇ ਸਿਆਸਤ ਹੁੰਦੀ ਆਈ ਹੈ। ਇਸ ਮੌਕੇ ਤੇ ਉਹਨਾਂ ਨੇ ਸਿੱਖ ਸੰਗਤ ਸਿੱਖ ਕੌਮ ਨੂੰ ਵੀ ਸੁਚੇਤ ਰਹਿਣ ਦੀ ਜਿਹੜੀ ਹੈ ਅਪੀਲ ਕੀਤੀ ਹੈ। ਸੋ ਅੱਜ ਜਿਹੜਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਯੂਟਿਊਬ ਚੈਨਲ ਦੀ ਸ਼ੁਰੂਆਤ ਕਰਤੀ ਗਈ ਹੈ ਔਰ ਕੱਲ ਤੋਂ ਸੰਗਤਾਂ ਜਿਹੜੀਆਂ ਯੂਟਿਊਬ ਦੇ ਜ਼ਰੀਏ ਗੁਰਬਾਣੀ ਦਾ ਪ੍ਰਸਾਰਣ ਦੇਖਣਾ ਸੁਣਨਾ ਚਾਹੁੰਦੀਆਂ ਨੇ ਉਹ ਕਰ ਸਕਦੀਆਂ ਨੇ। ਹਾਲਾਂਕਿ ਇਸ ਦੇ ਨਾਲ ਨਾਲ ਪੀਟੀਸੀ ਤੇ ਵੀ ਗੁਰਬਾਣੀ ਦਾ ਪ੍ਰਸਾਰਣ ਚੱਲਦਾ ਰਹੇਗਾ। ਸੋ ਅੱਜ ਜਿੱਥੇ ਕਿ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉੱਥੇ ਹੀ ਅਰਦਾਸ ਤੋਂ ਉਪਰੰਤ ਜਿਹੜਾ ਹੈ ਯੂਟਿਊਬ ਚੈਨਲ ਜਿਹੜਾ ਲਾਂਚ ਕਰਤਾ ਗਿਆ। ਇਹਦੇ ਵਿੱਚ ਨਵੀਨੀਕਰਨ ਹੁੰਦਾ ਰਿਹਾ। ਨਵੀਨੀਕਰਨ ਕਹਿਣ ਤੋਂ ਭਾਵ ਕਿਸੇ ਵੇਲੇ ਅਸੀਂ 78 ਦੇ ਵਿੱਚ ਸੈਂਟਰ ਸਰਕਾਰ ਤੋਂ ਇਹ ਮੰਗ ਕਰਦੇ ਸੀ ਕਿ ਸਾਡਾ ਇੱਥੇ ਰੇਡੀਓ ਸਟੇਸ਼ਨ ਜਿਹੜਾ ਆ ਉਹ ਇੱਥੇ ਸਾਨੂੰ ਟਰਾਂਸਫਾਰਮਰ ਦਿੱਤਾ ਜਾਵੇ। ਹੌਲੀ ਹੌਲੀ ਜਿਉਂ ਜਿਉਂ ਫਿਰ ਇਹ ਇਲੈਕਟ੍ਰੋਨਿਕ ਮੀਡੀਆ ਦਾ ਯੁੱਗ ਆਇਆ ਅਤੇ 98-99 ਤੋਂ ਲੈ ਕੇ ਇਹਨੂੰ ਟੈਲੀਵਿਜ਼ਨ 'ਤੇ ਪ੍ਰਸਾਰ ਲਾਈਵ ਪ੍ਰਸਾਰ ਨੂੰ ਜੋੜਨ ਲਈ ਯਤਨ ਆਰੰਭੇ ਗਏ, ਜਿਹੜੇ ਲਗਾਤਾਰ 2006 ਤੋਂ ਲਗਭਗ ਪਹਿਲਾਂ 4 ਚੈਨਲ ਇੱਥੇ ਆ ਕੇ ਉਹ ਆਪਣੀਆਂ ਸੇਵਾਵਾਂ ਦੇਣ ਲਈ ਉਹਨੇ ਪੇਸ਼ ਵੀ ਕੀਤੀਆਂ ਪਰ ਉਹਦੇ ਵਿੱਚ ਸਫਲ ਨਹੀਂ ਹੋ ਸਕੇ। ਫਿਰ ETC ਤੋਂ ਬਾਅਦ PTC ਚੈਨਲ ਨੇ ਇਹ ਸੇਵਾਵਾਂ ਜਿਹੜੀਆਂ ਉਹ ਨਿਰੰਤਰ ਜਾਰੀ ਰੱਖੀਆਂ, ਜਿਹੜੀਆਂ 23/7/23 ਨੂੰ ਅੱਜ ਸਮਾਪਤ ਹੋਣ ਜਾ ਰਹੀਆਂ। ਔਰ ਖਾਲਸੇ ਪੰਥ ਦੀ ਇਹ ਮੰਗ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਸਥਾਪਿਤ ਕਰੇ। ਚੈਨਲ ਸਥਾਪਿਤ ਕਰਨ ਲਈ ਅਸੀਂ ਮੁਨਕਰ ਨਹੀਂ ਗਏ, ਚੈਨਲ ਵੀ ਅਸੀਂ ਸਥਾਪਿਤ ਕਰ ਰਹੇ ਹਾਂ, ਪਰ ਪਿਛਲੇ ਸਾਲ ਸਾਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਆਦੇਸ਼ ਆਇਆ ਕਿ ਆਪਣਾ ਯੂਟਿਊਬ ਲਾਂਚ ਚੈਨਲ ਜਿਹੜਾ ਤੁਸੀਂ ਲਾਂਚ ਕਰੋ। ਉਹਦੇ ਲਈ ਸਾਡੀ ਸਬ ਕਮੇਟੀ ਜਿਹਦੇ ਵਿੱਚ ਗੁਰਚਰਨ ਸਿੰਘ ਗਰੇਵਾਲ, ਸਰਦਾਰ ਰਜਿੰਦਰ ਸਿੰਘ ਮਹਿਤਾ, ਸਰਪਣ ਸਿੰਘ ਕੁਲਾਰ, ਕੁਲਵੰਤ ਸਿੰਘ ਮੰਨਣ, ਇਹਨਾਂ ਸਾਰਿਆਂ ਨੇ ਬੈਠ ਕੇ ਅੱਜ ਦਾ ਜਿਹੜਾ ਇਹ ਚੈਨਲ ਚਾਲੂ ਕੀਤਾ ਇਹਦੇ 'ਚ ਵੱਡਾ ਆਪਣਾ ਯੋਗਦਾਨ ਪਾਇਆ। ਅਤੇ ਇਹ ਖਾਲਸਾ ਪੰਥ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਦਿੱਤੀ ਡਾਇਰੈਕਸ਼ਨ 'ਤੇ ਅੱਜ ਜਿਹੜਾ ਯੂਟਿਊਬ ਜਿਹੜਾ ਚੈਨਲ ਆ ਉਹ ਲਾਂਚ ਕੀਤਾ ਗਿਆ। ਹੁਣ ਲੋਕਾਂ ਨੂੰ ਇਹ ਵੀ ਸੁਵਿਧਾ ਹੋ ਜਾਊਗੀ ਵੀ ਜੇ ਗੱਡੀ 'ਚ ਤੁਰੇ ਹੋ ਆ, ਚਾਹੇ ਸ਼ਹਿਰ ਦੇ ਵਿੱਚ ਕਿਸੇ ਕੰਮ ਤੁਰੇ ਹੋ ਆ, ਚਾਹੇ ਉਹ ਦਫ਼ਤਰ ਵਿੱਚ ਬੈਠੇ ਆ, ਉਹ ਲਾਈਵ ਪ੍ਰੋਗਰਾਮ ਸਾਰਾ ਜਿਹੜਾ ਇੱਥੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਾ ਉਹ ਦੇਖਦੇ ਵੀ ਰਹਿਣਗੇ। ਸੋ ਇਹਦਾ ਨਾਮ ਵੀ ਜਿਹੜਾ SGPC ਸ਼੍ਰੀ ਅੰਮ੍ਰਿਤਸਰ ਰੱਖਿਆ ਗਿਆ। ਮੈਂ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਅੱਜ ਗੁਰੂ ਸਾਹਿਬ ਨੇ ਤਰਸ ਕਰਕੇ ਇਹ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਕਰਵਾਇਆ। ਪਰ ਮੈਨੂੰ ਇੱਕ ਅਫਸੋਸ ਵੀ ਆ ਕਿ ਆਪਾਂ ਇੱਕ ਕਾਰ ਸਿਰੇ ਚੜ੍ਹਦਾ ਇੱਕ ਹਾਂ ਹੋਰ ਨਾਲ ਗੱਲ ਜੋੜ ਲੈਂਦੇ ਹਾਂ। ਇਹ ਯੂਟਿਊਬ ਦਾ ਅਸੀਂ ਕਿਸੇ ਨੂੰ ਲਿੰਕ ਨਹੀਂ ਦੇਣਾ ਪਰ ਉਹ ਸ਼ੇਅਰ ਜ਼ਰੂਰ ਕਰ ਸਕਦਾ ਇਹਨੂੰ ਕੋਈ ਵੀ ਜਿਹੜੇ ਆ ਉਹ ਆਪਣੇ, ਕਿਉਂਕਿ ਟੈਕਨੀਕਲ ਤੌਰ 'ਤੇ ਮੇਰੇ ਤੋਂ ਵੱਧ ਜਾਣਦੇ ਆ। ਅਤੇ ਅੱਜ ਕਿੰਤੂ ਪ੍ਰੰਤੂ ਨਾ ਕਰੋ, ਜੇ ਕੋਈ ਸੇਵਾਵਾਂ ਕਰ ਰਿਹਾ ਤਾਂ ਕੱਲ੍ਹ ਨੂੰ ਮੇਰੇ ਥਾਂ ਕੋਈ ਹੋਰ ਵੀ ਆ ਜਾਊਗਾ। ਪਰ ਜਥੇਬੰਦੀ ਜਿਹੜੀ ਖਾਲਸਾ ਪੰਥ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਦਾ ਸ਼ਾਨਾ ਮਤੀ ਇਤਿਹਾਸ ਆ। ਇਹਦੇ ਵਿੱਚ ਸਰਕਾਰਾਂ ਹਮੇਸ਼ਾ ਚਾਹੇ ਸੈਂਟਰ ਦੀ ਸੀ ਚਾਹੇ ਪੰਜਾਬ ਦੀ ਸੀ ਬੜੀਆਂ ਵੱਡੀਆਂ ਦਖਲਦਾਜ਼ੀਆਂ ਕਰਦੀ ਰਹੀ ਪਰ ਮੂੰਹ ਦੀ ਖਾਣੀ ਪਈ। ਅੱਜ ਮੈਨੂੰ ਕਹਿਣ ਵਿੱਚ ਕੋਈ ਨਿਰਸੰਕੋਚ
कोई मैनू गिला नहीं कि जिनी अज इस जथेबंदी दे विच घुसपैठ की जा रही आ शायद इतिहास के पहली बारी होया।